ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਨਿੱਕੀਆਂ ਨਿੱਕੀਆਂ ਗੱਲਾਂ ਦਾ ਬਾਕੀ ਦਾ ਭਾਗ ਜਿਹੜੇ ਮਹਾਨ ਹੁੰਦੇ ਹਨ ਉਹ ਸਧਾਰਨ ਸਾਦਮੁਰਾਦੇ ਸਾਉ ਤੇ ਸਰਲ ਸੁਭਾਅ ਦੇ ਮਾਲਕ ਹੁੰਦੇ ਹਨ ਸੋਕਰਾਟ ਨਿਰਸੰਦੇਹ ਸਧਾਰਨ ਮਨੁੱਖ ਦਾ ਉੱਚਤਮ ਨਮੂਨਾ ਸੀ ਈਸਾ ਮਸੀਹ ਨੇ ਸੂਲੀ ਜਈ ਕੋਜੀ ਚੀਜ਼ ਨੂੰ ਇਨਾ ਪਵਿੱਤਰ ਬਣਾ ਦਿੱਤਾ ਕਿ ਇਸ ਚਿੰਨ ਦੀ ਅੱਜ ਸੰਸਾਰ ਭਰ ਚ ਪੂਜਾ ਹੁੰਦੀ ਹੈ ਸੰਸਾਰ 'ਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ ਉਹਨਾਂ 'ਚ ਇੱਕ ਗੱਲ ਸਾਂਝੀ ਹੈ ਕਿ ਉਹਨਾਂ ਦੇ ਅੰਦਰ ਸੋਜ ਸੀ ਭਾਵੇਂ ਉਹਨਾਂ ਦੇ ਰਾਹ ਚਣ ਗਿੰਤ ਔਕੜਾਂ ਸਨ ਪਰ ਉਹਨਾਂ ਦਾ ਆਪਣੇ ਆਪ 'ਚ ਭਰੋਸਾ ਸੀ ਜਿਨ੍ਹਾਂ ਦਾ ਆਪਣੇ ਆਪ 'ਚ ਭਰੋਸਾ ਹੁੰਦਾ ਹੈ ਉਹ ਆਪਣੀਆਂ ਸਫਲਤਾਵਾਂ ਦੀ ਢੇਰੀ ਉੱਤੇ ਉੱਚੇ ਹੋ ਕੇ ਖਲੋ ਜਾਂਦੇ ਹਨ ਤੇ ਉਹਨਾਂ ਨੂੰ ਦਿਸਣ ਵਾਲਾ ਅੰਬਰ ਹੋਰ ਵਿਸ਼ਾਲ ਹੋ ਜਾਂਦਾ ਹੈ ਉਹ ਆਸ਼ਾਵਾਦੀ ਹੁੰਦੇ ਹਨ ਅਸ਼ਵਦਵਾਦੀ ਉਹ ਵਿਅਕਤੀ ਨੂੰ ਕਹਿੰਦੇ ਆ ਜਿਹੜਾ ਆਲੇ ਦੁਆਲੇ ਨੂੰ ਪਰਵੀ ਨਜ਼ਰ ਨਾਲ ਵੇਖ ਕੇ ਆਪਣੇ ਨਿਗੂਣੇਪਣ ਦੇ باوجود ਅੰਤਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਕਰੇ ਇਹ ਪ੍ਰਗਟਾਵਾ ਕੁਝ ਕਰਨ ਨਾਲ ਹੀ ਆਉਂਦਾ ਹੈ ਸਫਲ ਹੋਣ ਲਈ ਜਿੰਨੇ ਗਿਆਨ ਦੀ ਸਾਨੂੰ ਲੋੜ ਹੁੰਦੀ ਹੈ ਉਹਨਾਂ ਗਿਆਨ ਸਾਡੇ ਸਾਰਿਆਂ ਕੋਲ ਹੁੰਦਾ ਹੈ ਪਰ ਕਿਉਂਕਿ ਅਸੀਂ ਉਸ ਗਿਆਨ ਨੂੰ ਅਮਲ 'ਚ ਨਹੀਂ ਲਿਆਉਂਦੇ ਇਸ ਲਈ ਸਾਨੂੰ ਗਿਆਨ ਦੀ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ ਘਾਟ ਗਿਆਨ ਦੀ ਨਹੀਂ ਹੁੰਦੀ ਕਾਟ ਅਮਲਦੀ ਹੁੰਦੀ ਹੈ ਇੱਕ ਵਾਰੀ ਬੈਂਕ ਵਾਸਤੇ ਅਫਸਰਾਂ ਦੀ ਭਰਤੀ ਲਈ ਇੰਟਰਵਿਊ ਹੋ ਰਹੀ ਸੀ ਇੱਕ ਉਮੀਦਵਾਰ ਨੂੰ ਜਦੋਂ ਉਹਦੀਆਂ ਪ੍ਰਾਪਤੀਆਂ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਉਹਨੇ ਕਦੇ ਬੇਈਮਾਨੀ ਨਹੀਂ ਕੀਤੀ ਕਦੇ ਛਲ ਨਹੀਂ ਕੀਤਾ ਕਦੇ ਝੂਠ ਨਹੀਂ ਬੋਲਿਆ ਕਿਸੇ ਨਾਲ ਝਗੜਾ ਨਹੀਂ ਕੀਤਾ ਇੰਟਰਵਿਊ ਲੈਣ ਵਾਲਿਆਂ ਨੇ ਕਿਹਾ ਸਾਨੂੰ ਇਹ ਨਾ ਦੱਸੋ ਤੁਸੀਂ ਕੀ ਕੀ ਨਹੀਂ ਕੀਤਾ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਤੁਸੀਂ ਕੀਤਾ ਕੀ ਕੀ ਹੈ ਇਵੇਂ ਇੱਕ ਹੋਰ ਉਮੀਦਵਾਰ ਨੂੰ ਉਦੀ ਵਾਧੂ ਯੋਗਤਾ ਜਾਣਨ ਲਈ ਪੁੱਛਿਆ ਗਿਆ ਕਿ ਤੁਹਾਨੂੰ ਗਾਉਣਾ ਆਉਂਦਾ ਹੈ ਉੱਤਰ ਮਿਲਿਆ ਮੈਨੂੰ ਨੱਚਣਾ ਵੀ ਆਉਂਦਾ ਹੈ ਵੱਡੀਆਂ ਵੱਡੀਆਂ ਗੱਲਾਂ ਸਾਨੂੰ ਨੇੜਿਓਂ ਪ੍ਰਭਾਵਿਤ ਨਹੀਂ ਕਰਦੀਆਂ ਜਿਹੜੀਆਂ ਗੱਲਾਂ ਸਾਨੂੰ ਪ੍ਰਸੰਨ ਕਰਦੀਆਂ ਉਹਨਾਂ ਗੱਲਾਂ ਬਾਰੇ ਅਕਸਰ ਸਹਿਮਤੀ ਹੁੰਦੀ ਹੈ ਵਾਦ-ਵਿਵਾਦ ਸਦਾ ਨਿਗੂਣੀਆਂ ਗੱਲਾਂ ਬਾਰੇ ਹੁੰਦੇ ਆ ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਈਏ ਤਾਂ ਵੱਡੀਆਂ ਗੱਲਾਂ ਆਪੇ ਹੱਲ ਹੋ ਜਾਣਗੀਆਂ ਸੰਸਾਰ ਬਹੁਤ ਵੱਡਾ ਹੈ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਚਿੰਤਾ ਕਰੀਏ ਕਿ ਕੀ ਸਾਡੇ ਵਿੱਚ ਸੁਧਾਰ ਤੇ ਵਿਕਾਸ ਵਾਪਰ ਰਹੇ ਹਨ ਕਿ ਨਹੀਂ ਕੀ ਸਾਡੇ ਘਰ ਦੇ ਆਲੇ-ਦੁਆਲੇ ਸਫਾਈ ਹੈ ਕਿ ਨਹੀਂ ਸੰਸਾਰ ਆਪਣੀ ਚਿੰਤਾਪ ਕਰ ਲਏਗਾ ਤੁਸੀਂ ਆਪਣੀ ਚਿੰਤਾ ਹੀ ਕਰ ਲਓ ਕਿਸੇ ਨੇ ਪੁੱਛਿਆ ਮੈਂ ਕੀ ਕਰਾਂ ਮੈਂ ਸਾਰੇ ਸੰਸਾਰ ਨੂੰ ਬਦਲ ਦੇਣਾ ਚਾਹਨਾ ਉੱਤਰ ਮਿਲਿਆ ਜੋ ਕੰਮ ਤੁਹਾਡੇ ਹੱਥ 'ਚ ਹੈ ਤੇ ਜਿਹਨੂੰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਪਹਿਲਾਂ ਉਹ ਚੰਗੀ ਤਰ੍ਹਾਂ ਕਰ ਲਓ ਲੋੜ ਜ਼ਿੰਦਗੀ ਨੂੰ ਆਮੋ ਸਾਹਮਣੇ ਹੋ ਕੇ ਮਿਲਣ ਦੀ ਹੈ ਪਰ ਜਿੰਨੂ ਵੀ ਵੇਖੋ ਉਹ ਆਪਣੇ ਪਿੱਛੇ ਛੁਪਿਆ ਹੋਇਆ ਹੈ ਕਿਸੇ ਨੇ ਕਿਹਾ ਮੈਂ ਆਜ਼ਾਦ ਹੋਣਾ ਚਾਹਨਾ ਉੱਤਰ ਮਿਲਿਆ ਆਜ਼ਾਦੀ ਇੱਕ ਭਰਮ ਹੈ ਜ਼ਿੰਮੇਵਾਰੀ ਇੱਕ ਹਕੀਕਤ ਹੈ ਜਿੰਨੇ ਜ਼ਿੰਮੇਵਾਰ ਹੁੰਦੇ ਜਾਓਗੇ ਓਨੇ ਆਜ਼ਾਦ ਤੇ ਖੁਸ਼ਹਾਲ ਹੁੰਦੇ ਜਾਓਗੇ ਸੰਸਾਰ 'ਚ ਕੋਈ ਕੌਮ ਕੋਈ ਸਮਾਜ ਕੋਈ ਵਿਅਕਤੀ ਆਜਿਹਾ ਨਹੀਂ ਜਿਹੜਾ ਖੁਸ਼ਹਾਲ ਹੋਵੇ ਪਰ ਜ਼ਿੰਮੇਵਾਰ ਨਾ ਹੋਵੇ ਤੇ ਜ਼ਿੰਮੇਵਾਰ ਹੋਵੇ ਪਰ ਆਜ਼ਾਦ ਨਾ ਹੋਵੇ ਜ਼ੇਮੇਵਾਰੀ ਆਜ਼ਾਦੀ ਦਾ ਪਹਿਲਾ ਨਿਯਮ ਹੁੰਦੀ ਹੈ। ਜੀਵਨ ਦੀ ਹਰ ਖੇਡ ਨਿਯਮਾਂ 'ਚ ਬੱਜੀ ਹੋਈ ਹੈ। ਇਹਨਾਂ ਨਿਯਮਾਂ ਤੋਂ ਬਿਨਾ ਉਸ ਖੇਡ ਨੂੰ ਖੇਡਿਆ ਨਹੀਂ ਜਾ ਸਕਦਾ। ਨਿਯਮਾਂ ਦਾ ਪਾਲਣ ਕਰਨ ਵਾਲੀ ਟੀਮ ਨੂੰ ਹੀ ਜੇਤੂ ਘਰਾੜ ਦਿੱਤਾ ਜਾਂਦਾ ਹੈ। ਦੰਪਤੀ ਜੀਵਨ ਦੇਵੀ ਨਿਯਮ ਹਨ। ਇਹਨਾਂ ਨਿਯਮਾਂ ਨੂੰ ਪਾਲਣ ਨਾਲ ਸਾਡੇ 'ਚ ਨਾ ਕੇਵਲ ਸਵੈ ਭਰੋਸਾ ਉਪਜਦਾ ਹੈ, ਸਗੋਂ ਅਸੀਂ ਦੂਜਿਆਂ ਤੋਂ ਵਿੱਚ ਉਤਸ਼ਾਹ ਉਪਜਾਣ ਦੇ ਯੋਗ ਵੀ ਹੋ ਜਾਂਦੇ ਹਾਂ। ਜਿਹੜੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹ ਅਕਸਰ ਆਪਣੀਆਂ ਸ਼ਰਤਾਂ ਦੀ ਦੁਹਾਈ ਦਿੰਦੇ ਹਨ ਜੇਕਰ ਕੋਈ ਕਹੇ ਕਿ ਮੈਂ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜੀਵਾਂਗਾ ਆਪਣੀਆਂ ਸ਼ਰਤਾਂ ਤੇ ਪਿਆਰ ਕਰਾਂਗਾ ਮੈਂ ਆਪਣੀਆਂ ਸ਼ਰਤਾਂ ਤੇ ਰਿਸ਼ਤਾ ਉਸਾਰਾਂਗਾ ਇਹ ਸਭ ਕੁਝ ਕਹਿਣਾ ਐਵੇਂ ਹੀ ਹੈ ਜਿਵੇਂ ਕੋਈ ਕਹੇ ਕਿ ਮੈਂ ਆਪਣੀਆਂ ਸ਼ਰਤਾਂ ਤੇ ਮੀਂਹ ਪੈਣ ਦੇਵਾਂਗਾ ਰਾਤ ਮੇਰੀਆਂ ਸ਼ਰਤਾਂ ਤੇ ਪੈਗੀ ਇਹ ਸ਼ਰਤਾਂ ਦਾ ਭੁਲੇਖਾ ਹੀ ਤਲਾਕਾਂ ਵਿਵਾਦਾਂ ਝਗੜਿਆਂ ਤੇ ਤੋੜ ਵਿਛੋੜਿਆਂ ਚ ਪ੍ਰਗਟ ਹੋ ਰਿਹਾ ਹੈ ਇਹ ਸ਼ਰਤਾਂ ਹੀ ਘਰਾਂ ਨੂੰ ਅਖਾੜਿਆਂ ਚ ਬਦਲ ਰਹੀਆਂ ਹਨ ਜੀਵਨ ਇਨਾ ਗੁੰਝਲਦਾਰ ਹੋ ਗਿਆ ਹੈ ਕਿ ਕੋਈ ਵਿਅਕਤੀ ਇਕੱਲਿਆਂ ਜੀਵਨ ਦਾ ਬੋਝ ਨਹੀਂ ਚੁੱਕ ਸਕਦਾ ਹਰੇਕ ਨੂੰ ਦੂਜਿਆਂ ਦੇ ਸਾਥ ਦੀ ਸਹਿਯੋਗ ਤੇ ਸਹਾਰੇ ਦੀ ਲੋੜ ਹੈ ਸਾਨੂੰ ਉਹਨਾਂ ਦੀ ਲੋੜ ਹੈ ਜਿਹੜੇ ਸਾਡੀਆਂ ਗਲਤੀਆਂ ਮਾਫ ਕਰ ਸਕਣ ਭਟਕ ਜਾਣ ਉੱਤੇ ਜਿਹੜੇ ਸਾਨੂੰ ਵਾਪਸ ਸਵੀਕਾਰ ਕਰ ਸਕਣ ਤੇ ਜਿਹੜਾ ਸਾਡਾ ਗੁਆਚਿਆ ਸਵੈ ਵਿਸ਼ਵਾਸ ਸਾਨੂੰ ਪਰਤਾ ਸਕਣ ਵੇਖਿਆ ਗਿਆ ਕਿ ਕਦੇਲ ਅਸੀਂ ਆਪਣੀ ਮੈਂ ਦੇ ਪੱਖ 'ਚ ਹੁੰਦੇ ਹਾਂ ਜਦ ਕਿ ਸਾਰਾ ਸੰਸਾਰ ਸਾਡੀ ਮੈਂ ਦੇ ਵਿਰੁੱਧ ਹੁੰਦਾ ਹੈ ਆਪਣੀ ਮੈਂ ਕਾਰਨ ਹੀ ਅਸੀਂ ਆਪਣੇ ਆਪ ਨੂੰ ਸੰਸਾਰ ਦਾ ਕੇਂਦਰ ਮਿੱਥ ਲੈਂਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਨਹੀਂ ਸੀ ਸੰਸਾਰ ਉਦੋਂ ਵੀ ਸੀ ਜਦੋਂ ਅਸੀਂ ਨਹੀਂ ਹੋਵਾਂਗੇ ਸੰਸਾਰ ਉਦੋਂ ਵੀ ਹੋਏਗਾ ਤੇ ਹੁਣ ਨਾਲੋਂ ਚੰਗੇrai ਹੋਏਗਾ ਲੋੜ ਇਸ ਗੱਲ ਦੀ ਹੈ ਕਿ ਅਸੀਂ ਦੂਜਿਆਂ ਦੇ ਅਧੂਰੇਪਨ ਨੂੰ ਖਿੜੇ ਮੱਥੇ ਸਵੀਕਾਰ ਕਰੀਏ ਜੇ ਤੁਸੀਂ ਸੰਪੂਰਨਤਾ ਦੀ ਅਭਿਲਾਸ਼ਾ ਤਿਆਗ ਦਿਓਗੇ ਤਾਂ ਤੁਹਾਨੂੰ ਦੂਜਿਆਂ ਦਾ ਅਧੂਰਾਪਣ ਵੀ ਦਿਸਣਾ ਬੰਦ ਹੋ ਜਾਏਗਾ ਸਾਡੀ ਸਭ ਦੀ ਸੋਚ ਵੱਖਰੀ ਵੱਖਰੀ ਹੈ ਇਸ ਵੱਖਰੇਵੇਂ ਕਾਰਨ ਹੀ ਸੰਸਾਰ ਚ ਰੌਣਕ ਹੈ ਸੰਸਾਰ ਚ ਬਨਸਵੰਤਾ ਦਾ ਕਾਰਨ ਇਹੋ ਵਿਖਰੇਵਾ ਹੀ ਹੈ ਅਸੀਂ ਇਹ ਸੋਚ ਕੇ ਦੁਖੀ ਹੁੰਨੇ ਆ ਕਿ ਦੂਜੇ ਸਾਡੇ ਵਾਂਗ ਕਿਉਂ ਨਹੀਂ ਸੋਚਦੇ ਪਰ ਇਹ ਵੀ ਤਾਂ ਅਸਲੀਅਤ ਹੈ ਕਿ ਅਸੀਂ ਵੀ ਤਾਂ ਦੂਜਿਆਂ ਵਾਂਗ ਨਹੀਂ ਸੋਚਦੇ ਸਾਡੀ ਸੋਚ ਵੱਖਰੀ ਵੱਖਰੀ ਹੋਣ ਕਰਕੇ ਇੱਕ ਹੀ ਘਟਨਾ ਨੂੰ ਅਸੀਂ ਵੱਖਰੇ ਵੱਖਰੇ ਵੇਰਵਿਆਂ ਨਾਲ ਯਾਦ ਕਰਦੇ ਹਾਂ ਕਈ ਪਤੀ ਇਹ ਕਹਿੰਦੇ ਹਨ ਕਿ ਉਹਨਾਂ ਨੇ ਗਲਤ ਈ ਸਤਰੀ ਨਾਲ ਵਿਆਹ ਕਰਵਾ ਲਿਆ ਕੋਈ ਇਹ ਕਹਿਣ ਦੀ ਦਲੇਰੀ ਕਿਉਂ ਨਹੀਂ ਕਰਦਾ ਕਿ ਉਹਦੀ ਪਤਨੀ ਦਾ ਵਿਆਹ ਗਲਤ ਪੁਰਸ਼ ਨਾਲ ਹੋ ਗਿਆ ਆਪਣੇ ਚ ਕੋਈ ਔਗਣ ਲੱਭਣਾ ਬੜਾ ਮੁਸ਼ਕਿਲ ਹੁੰਦਾ ਹੈ ਗੁਣ ਤੇ ਔਗਣ ਦੋਵੇਂ ਪ੍ਰਸਥਿਤੀਆਂ ਦੀ ਦੇਣ ਹੁੰਦੇ ਹਨ ਉਦਾਹਰਨ ਵਜੋਂ ਅਸੀਂ ਗਹਿਣਾ ਖਰੀਦਦੇ ਆਂ ਉਦੇ ਡਿਜ਼ਾਈਨ ਜਾਂ ਨਮੂਨੇ ਕਰਕੇ ਹੀ ਆ ਪਰ ਜਦੋਂ ਵੇਚਣ ਜਾਂਦੇ ਆ ਤਾਂ ਡਿਜ਼ਾਈਨ ਹੀ ਉਹਦਾ ਔਗਣ ਬਣ ਜਾਂਦਾ ਜਿਵੇਂ ਇੱਕ ਸਮੇਂ ਦੀ ਸਫਲਤਾ ਵੀ ਸਮਾਂ ਬੀਤਣ ਉਤੇ ਅਸਫਲਤਾ ਹੋ ਨਿਬੜਦੀ ਹੈ ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਏ ਤਾਂ ਸਫਲਤਾ ਅਸਫਲਤਾ ਨਾਲੋਂ ਵਧੇਰੇ ਦੁਖਦਾਈ ਹੁੰਦੀ ਹੈ ਅਸਫਲਤਾ ਸਾਨੂੰ ਦੂਜਿਆਂ ਦੀ ਹਮਦਰਦੀ ਦਿੰਦੀ ਹੈ ਜਦ ਕਿ ਸਫਲਤਾ ਕੋਈ ਕਈ ਦੁਖੀ ਉਭਜਾਉਂਦੀ ਹੈ ਵੇਖਿਆ ਗਿਆ ਕਿ ਜੇ ਤੁਹਾਡੇ ਗਵਾਂਢੀ ਅਮੀਰ ਨਹੀਂ ਹੋ ਰਹੇ ਤਾਂ ਤੁਹਾਨੂੰ ਵੀ ਅਮੀਰ ਹੋਣ ਦੀ ਕਾਲੀ ਨਹੀਂ ਹੋਏਗੀ ਇਹ ਵੀ ਵੇਖਿਆ ਗਿਆ ਕਿ ਮਹਾਨ ਪਰਿਵਰਤਨ ਸੰਜੋਗਾ ਨਾਲ ਨਹੀਂ ਆਪਰਦੇ ਇਹ ਸਖਤ ਮਿਹਨਤ ਦਾ ਸਿੱਟਾ ਹੁੰਦੇ ਹਨ ਅਸੀਂ ਅਸੀਮ ਤੇ ਅਨੰਤ ਪਿਆਰ ਦੀ ਤਾਂਗ ਕਰਦੇ ਹਾਂ ਪਰ ਭੁੱਲ ਜਾਂਦੇ ਹਾਂ ਕਿ ਪਿਆਰ ਪ੍ਰਾਪਤ ਕਰਨ ਦੀ ਸਾਡੀ ਸਮਰਥਾ ਬੜੀ ਸੀਮਤ ਹੁੰਦੀ ਹੈ ਅਸੀਂ ਸਾਗਰ ਲਈ ਤਾਂਗਦੇ ਹਾਂ ਪਰ ਸਾਡੀ ਪਿਆਸ ਇੱਕ ਗੜਵੀ ਤੋਂ ਵੱਧ ਨਹੀਂ ਹੁੰਦੀ ਅਸੀਂ ਚੰਗੀਆਂ ਲਿਖਤਾਂ ਦਾ ਪ੍ਰਭਾਵ ਤਾਂ ਗ੍ਰਹਿਣ ਕਰਦੇ ਹਾਂ ਪਰ ਉਹਨੂੰ ਯਤਨ ਤੇ ਅਮਲ 'ਚ ਨਹੀਂ ਢਾਲਦੇ। ਇਹੀ ਕਾਰਨ ਹੈ ਕਿ ਜੀਵਨ ਦੇ ਠੀਕ ਰਸਤੇ ਦਾ ਗਿਆਨ ਹੁੰਦਿਆਂ ਵੀ ਅਸੀਂ ਜਾਣ-ਬੁੱਝ ਕੇ ਕੁਰਾਹੀ ਪੈ ਜਾਂਦੇ ਹਾਂ। ਸਾਡੇ ਕੋਲ ਜੀਵਨ ਦਾ ਉਦੇਸ਼ ਹੁੰਦਾ ਹੈ ਪਰ ਸਪਸ਼ਟ ਨਹੀਂ ਹੁੰਦਾ। ਇਸ ਕਰਕੇ ਅਸੀਂ ਵਧੇਰੇ ਵਾਰ ਉਦਾਸ ਹੁੰਦੇ ਹਾਂ ਤੇ ਵਧੇਰੇ ਬਿਮਾਰ ਪੈਂਦੇ ਹਾਂ। ਅਸੀਂ ਦੂਜਿਆਂ ਦੀ ਨਕਲ ਕਰਕੇ ਪ੍ਰਸੰਨ ਹੋਣਾ ਚਾਹੁੰਦੇ ਹਾਂ ਪਰ ਭੁੱਲ ਜਾਂਦੇ ਹਾਂ ਕਿ ਨਕਲ 'ਚ ਦੁਹਰਾਈ ਉਪਜਦਾ ਹੈ। ਪਰ ਸੰਨਤਾ ਮੌਲਿਕਤਾ ਵਿੱਚ ਉਯੋਗਚਦੀ ਹੈ ਤੁਹਾਡੇ ਵਾਂਗ ਮੈਂ ਵੀ ਬਹੁਤ ਸਾਰੇ ਅਜਿਹੇ ਜਵਾਨ ਲੜਕੇ ਲੜਕੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਪੜ੍ਹਾਈ ਮੁਕਾਉਣ ਤੋਂ ਪਹਿਲਾਂ ਹੀ ਆਪਣੇ ਮਾਪਿਆਂ ਤੋਂ ਬਾਹਰ ਹੋ ਕੇ ਆਪ ਹੁਦਰੇ ਪੜਨ ਨਾਲ ਵਿਆਹ ਕਰਵਾ ਲਿਆ ਸੀ ਉਹਨਾਂ ਨੂੰ ਪਛਤਾਉਣ ਲਈ ਜ਼ਿੰਦਗੀ ਖੁੱਲਾ ਵਕਤ ਦੇ ਰਹੀ ਹੈ ਕੋਈ ਪਲਾਟ ਲੈਂਦ ਸਮੇਂ ਕੱਪੜੇ ਖਰੀਦਣ ਸਮੇਂ ਕਿਸੇ ਕੋਰਸ ਦਾਖਲਾ ਲੈਣ ਲਈ ਜਾਂ ਕੁਝ ਵੀ ਮਹੱਤਵਪੂਰਨ ਕਰਨ ਸਮੇਂ ਅਸੀਂ ਆਪਣੇ ਮਾਪਿਆਂ, ਸਬੰਧੀਆਂ, ਦੋਸਤਾਂ, ਮਿੱਤਰਾਂ ਦੀ ਸਲਾਹ ਲੈਂਦੇ ਹੀ ਨਹੀਂ, ਉਹਨਾਂ ਦੇ ਸੁਝਾਏ ਰਾਹ ਉਤੇ ਚੱਲਦੇ ਵੀ ਹਾਂ। ਪਰ ਆਪਣੀ ਮਰਜ਼ੀ ਦਾ ਵਿਆਹ ਕਰਨ ਵੇਲੇ ਅਸੀਂ ਕਿਸੇ ਨਾਲ ਸਲਾਹ ਕਰਨ ਦੀ ਲੋੜ ਨਹੀਂ ਸਮਝਦੇ। ਅਜਿਹੀ ਵਿਵਸਥਾ 'ਚ ਅਸੀਂ ਆਪਣੇ ਆਪਣੇ ਹਰ ਕੰਮ 'ਚ ਸਹਿਯੋਗੀ ਤੇ ਸ਼ੁਭਚਿੰਤਕ ਹੋਣ ਵਾਲੇ ਮਾਪਿਆਂ ਨੂੰ ਆਪਣੇ ਵਿਰੋਧੀ ਜਾਂ ਦੁਸ਼ਮਣ ਸਮਝਣ ਦਾ ਭੁਲੇਖਾ ਕਿਉਂ ਸਿਰਜ ਲੈਨੇ ਆਂ? ਸਾਡੇ ਮਾਪੇ ਤੇ ਸਾਡੇ ਸਬੰਧੀ ਸਾਡੇ ਵਿਰੋਧੀ ਨਹੀਂ ਹੁੰਦੇ। ਸਗੋਂ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੁੰਦੇ ਆਂ ਹਰ ਕਾਹਲ ਅੰਤ 'ਚ ਪਛਤਾਵੇ ਉਪਰਾਮਤਾ ਤੇ ਨਿਰਾਸ਼ਤਾ ਨੂੰ ਜਨਮ ਦਿੰਦੀ ਹੈ ਤੇ ਸਾਡੀਆਂ ਸ਼ਿਕਾਇਤਾਂ ਸੰਘਣੀਆਂ ਹੋ ਜਾਂਦੀਆਂ ਬਹੁਤ ਕੁਝ ਹੋ ਜਾਣ ਦੇ ਬਾਵਜੂਦ ਸੰਸਾਰ 'ਚ ਜੀ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਜਿਹੜਾ ਅਸੀਂ ਕਰਨਾ ਹੈ ਸੰਸਾਰ ਦੀ ਸਭ ਤੋਂ ਤੇਜ਼ ਦੌੜ ਤੇ ਸਭ ਤੋਂ ਉੱਚੀ ਛਾਲ ਜੇ ਲਾਈ ਜਾਣੀ ਹੈ ਸੰਸਾਰ ਦਾ ਸਭ ਤੋਂ ਮధుਰ ਗੀਤ ਜੇ ਗਾਇਆ ਜਾਣਾ ਹੈ ਵਿਸ਼ਵ ਦੀ ਸਭ ਤੋਂ ਚੰਗੀ ਪੁਸਤਕ ਅਜੇ ਲਿਖੀ ਜਾਣੀ ਹੈ ਸੰਸਾਰ ਦੀ ਸਭ ਤੋਂ ਵਧੀਆ ਮਕਾਨ ਜਾਂ ਇਮਾਰਤ ਦੀ ਉਸਾਰੀ ਅਜੇ ਕੀਤੀ ਜਾਣੀ ਹੈ ਦੁਨੀਆ ਦਾ ਸਭ ਤੋਂ ਚੰਗਾ ਕੰਮ ਸੰਸਾਰ ਵਿੱਚੋਂ ਕੋਝ ਖਤਮ ਕਰਨ ਦਾ ਯਤਨ ਅਜੇ ਕੀਤਾ ਜਾਣਾ ਹੈ ਮੌਕੇ ਅਥਾ ਹਨ ਨਿੱਕੇ ਬੰਦਿਆਂ ਦੇ ਵੱਡੇ ਹੋਣ ਦੇ ਅਫਸਰ ਅਮੁਖ ਹਨ ਇੱਕ ਵਾਰੀ ਇੱਕ ਵਿਅਕਤੀ ਨੇ ਅਰਦਾਸ ਕੀਤੀ हे ਪ੍ਰਮਾਤਮਾ ਇਸ ਨਿੱਗਰ ਦੇ ਜਾਂਦੇ ਸੰਸਾਰ ਦਾ ਸੁਧਾਰ ਕਰਨ ਲਈ ਕਿਸੇ ਨੂੰ ਭੇਜ ਉੱਤਰ ਮਿਲਿਆ ਤੁਹਾਨੂੰ ਭੇਜਿਆ ਤਾਂ ਸੀ ਉਦਾਰ ਦ੍ਰਿਸ਼ਟੀ ਅਪਣਾ ਕੇ ਵੱਡੇ ਦਿਲਾਂ ਨਾਲ ਵਿਸ਼ਾਲ ਸੋਚਾਂ ਨਾਲ ਸੱਚੇ ਉਦੇਸ਼ਾ ਦੀਨ ਕੀਤੇ ਗਏ ਨਿੱਕੇ ਨਿੱਕੇ ਕੰਮਾਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਵੀ ਮਹਾਨ ਵਰਤਾਰੇ ਬਣਨ ਦੀ ਸੰਭਾਵਨਾ ਹੁੰਦੀ ਹੈ ਹਰ ਬੂੰਦ ਵਿੱਚ ਸਮੁੱਚੇ ਸਾਗਰ ਦਾ ਸੁਨੇਹਾ ਹੁੰਦਾ ਹੈ ਧੰਨਵਾਦ